ਸਤਿ ਸ਼੍ਰੀ ਅਕਾਲ ਦੋਸਤੋ, ਫਰੰਟਲਾਈਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਆਖਿਰ ਕਿਹਨਾਂ ਨੇ ਕੀਤਾ ਸੁਖਬੀਰ ਬਾਦਲ ਦਾ ਵਿਰੋਧ। ਅਕਾਲੀ ਦਲ ਦੇ ਨਾਲ ਕਾਂਗਰਸੀ ਲੀਡਰ ਵੀ ਫਿਕਰਮੰਦ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ 'ਚ ਹੋਏ ਵਿਰੋਧ ਨੇ ਸਿਆਸੀ ਲੀਡਰਾਂ ਦਾ ਫਿਕਰ ਵਧਾ ਦਿੱਤਾ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਦਾ ਵਿਰੋਧ ਉਸ ਵੇਲੇ ਹੋਇਆ ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਸੀ। ਇਹ ਉਹ ਪਵਿੱਤਰ ਦਿਹਾੜਾ ਹੈ ਜਦੋਂ ਹਰ ਸਿੱਖ ਬੇਹੱਦ ਭਾਵਕ ਅਵਸਥਾ ਵਿੱਚੋਂ ਲੰਘ ਰਿਹਾ ਹੁੰਦਾ ਹੈ। ਅਜਿਹੇ ਸਮੇਂ ਪੰਥਕ ਤੇ ਰਖਵਾਉਣ ਵਾਲੀ ਪਾਰਟੀ ਦੇ ਮੁਖੀ ਦਾ ਵਿਰੋਧ ਵੱਡੇ ਅਰਥ ਰੱਖਦਾ ਹੈ। ਦੂਜੇ ਪਾਸੇ ਬੇਸ਼ੱਕ ਅਕਾਲੀ ਲੀਡਰ ਇਸ ਨੂੰ ਕਾਂਗਰਸ ਦੀ ਸ਼ਰਾਰਤ ਕਰਾਰ ਦੇ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਇਹ ਸਭ ਕਿਸਾਨ ਅੰਦੋਲਨ ਕਰਕੇ ਪੰਜਾਬ ਅੰਦਰ ਪੈਦਾ ਹੋਈ ਸਿਆਸੀ ਚੇਤਨਾ ਦਾ ਨਤੀਜਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਗਲੇ ਸਮੇਂ ਵਿੱਚ ਅਜਿਹੇ ਵਿਰੋਧ ਅਕਾਲੀ ਦਲ ਬੀਜੇਪੀ ਦੇ ਨਾਲ ਹੀ ਕਾਂਗਰਸ ਲੀਡਰਾਂ ਦੇ ਵੀ ਹੋਣ। ਦਰਅਸਲ ਕਿਸਾਨ ਅੰਦੋਲਨ ਨੇ ਪੰਜਾਬ ਦੀ ਨੌਜਵਾਨੀ 'ਚ ਜਿੱਥੇ ਜੋਸ਼ ਭਰਿਆ ਹੈ ਉੱਥੇ ਸਿਆਸੀ ਚੇਤਨਾ ਵੀ ਪੈਦਾ ਕੀਤੀ। ਸੋਸ਼ਲ ਮੀਡੀਆ ਉੱਪਰ ਨੌਜਵਾਨ ਹੁਣ ਵੱਖਰੀ ਕਿਸਮ ਦੀ ਸਿਆਸੀ ਚਰਚਾ ਕਰਨ ਲੱਗੇ ਹਨ। ਇਸ ਚਰਚਾ ਵਿੱਚ ਮੌਜੂਦ ਸਿਆਸੀ ਧਿਰਾਂ ਨੂੰ ਕੋਈ ਥਾਂ ਮਿਲਦੀ ਦਿਖਾਈ ਨਹੀਂ ਦੇ ਰਹੀ। ਇਹੀ ਕਾਰਨ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਕੋਈ ਵੀ ਸਿਆਸੀ ਪਾਰਟੀ ਉਹਨਾਂ ਦੇ ਵਿਚਾਰਾਂ ਦੇ ਹਾਣ ਦੀ ਨਹੀਂ ਲੱਗ ਰਹੀ। ਅਹਿਮ ਗੱਲ ਹੈ ਕਿ ਬੀਜੇਪੀ ਤੋਂ ਬਾਅਦ ਸਭ ਤੋਂ ਵੱਧ ਗੁੱਸਾ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰ ਬਾਦਲ ਪਰਿਵਾਰ ਪ੍ਰਤੀ ਹੀ ਹੈ। ਪੰਜਾਬ ਦੇ ਕਿਸਾਨ ਇਹ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੰਨੇ ਸਾਲ ਬੀਜੇਪੀ ਨਾਲ ਭਾਈਵਾਲੀ ਰੱਖ ਕੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ, ਹੁਣ ਮਜਬੂਰੀ ਬਸ ਹੀ ਅਕਾਲੀ ਦਲ ਨੇ NDA ਦਾ ਸਾਥ ਛੱਡਿਆ। ਇਹੋ ਕਾਰਨ ਹੈ ਕਿ ਅਕਾਲੀ ਦਲ ਦਾ ਕੇਡਰ ਦਿੱਲੀ ਬਾਰਡਰ ਉੱਪਰ ਡਟਿਆ ਹੋਇਆ ਪਰ ਲੀਡਰਸ਼ਿਪ ਕਿਧਰੇ ਨਜ਼ਰ ਨਹੀਂ ਆ ਰਹੀ। ਦੂਜੇ ਪਾਸੇ ਬੇਸ਼ੱਕ ਕਾਂਗਰਸ ਨੇ ਕਿਸਾਨ ਹਿਤੈਸ਼ੀ ਹੋਣ ਦੀ ਕੋਸ਼ਿਸ਼ ਕੀਤੀ ਪਰ ਪਿਛਲੇ ਸਮੇਂ ਵਿੱਚ ਲਏ ਗਏ ਕਈ ਫੈਸਲੇ ਪਾਰਟੀ ਦੀ ਦਿਆਨਤਦਾਰੀ ਉੱਪਰ ਸਵਾਲ ਖੜ੍ਹੇ ਕਰਦੇ ਨੇ। ਇਸ ਤੋਂ ਇਲਾਵਾ ਕਾਂਗਰਸੀ ਲੀਡਰਾਂ ਦੇ ਕਿਸਾਨ ਅੰਦੋਲਨ ਬਾਰੇ ਵੱਖ ਵੱਖ ਬਿਆਨ ਵੀ ਨੌਜਵਾਨਾਂ ਵਿੱਚ ਰੋਹ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਕੌਮੀ ਪੱਧਰ ਉੱਪਰ ਕਾਂਗਰਸ ਕਿਸਾਨ ਅੰਦੋਲਨ ਬਾਰੇ ਦੁਚਿੱਤੀ ਵਿੱਚ ਹੈ। ਪੰਜਾਬ ਦੇ ਹਰਿਆਣਾ ਨੂੰ ਛੱਡ ਕੇ ਕਿਸੇ ਸੂਬੇ ਵਿੱਚ ਵੀ ਕਾਂਗਰਸ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਦੀ ਹਿਮਾਇਤ ਨਹੀਂ ਕੀਤੀ। ਦੋਸਤੋ, ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।